देश विच कोरोना वायरस अपने पैर पसार रहे है। जेकर असी गल करिए पंजाब दी तां पंजाब विच वी कोरोना दे मरीजां दी संख्या वध रही है। इस वध रही संख्या नूं देखते हुए प्रशासन अते समाज सेवी संस्थावां द्वारा इस महामारी तों बचण दे लई वख-वख तरहां दे उपराले कीते जा रहे ने। उत्थे ही जेकर असी गल करिए पंजाब दे मोगा शहर दी तां मोगा शहर दे चौंक विच विश्वकर्मा आटो यूनियन दे वल्लों मोगा पुलिस दी सहायता नाल एक सैनिटाइजर गुफा बनाई गई है। इस गुफा विच आन जान वालियां नूं कढ़िया जांदा है जिस नाल कि ओह पूरी तरह सैनिटाइजर हो जांदा है। आओ तुहानूं दिखांदे हां मोगा तों इह खास रिपोर्ट। ਭਲਾਈ ਦੇ ਲਈ ਅਸੀਂ ਕੰਮ ਕਰਦੇ ਰਹਿੰਦੇ ਹਾਂ ਉਸੇ ਅਧੀਨ ਜਿਸ ਤਰ੍ਹਾਂ ਕੋਵਿਡ-19 ਦੇ ਅਧੀਨ ਅੱਜ ਸਾਰਾ ਦੇਸ਼ ਹੀ ਨਹੀਂ ਕਿ ਪੂਰਾ ਮੁਲਕ ਜਿੱਥੋਂ ਤੱਕ ਸੰਸਾਰ ਭਰ ਦੇ ਕਈ ਦੇਸ਼ ਨੇ ਜਿਹੜੀ ਇਸ ਦੀ ਮਾਰ ਹੇਠਾਂ ਆਏ ਨੇ। ਅੱਜ ਅਸੀਂ ਆਪਣੇ ਪੰਜਾਬ ਦੇ ਵਿੱਚ ਮੋਗਾ ਸ਼ਹਿਰ ਵਾਸੀਆਂ ਨੂੰ ਇੱਕ ਛੋਟੀ ਜਿਹੀ ਸਹੂਲਤ ਆਪਣੇ ਵੱਲੋਂ ਛੋਟੀ ਜਿਹੀ ਪੇਸ਼ਕਸ਼ ਕੀਤੀ ਹੈ ਕਿ ਜਿਸ ਤਰ੍ਹਾਂ ਅਸੀਂ ਕੁਛ ਚਾਹੇ ਪ੍ਰਸ਼ਾਸਨ ਨੇ ਅਤੇ ਚਾਹੇ ਆਮ ਪਬਲਿਕ ਹੈ ਉਹਨੂੰ ਸਹੂਲਤ ਦੇਣ ਦੇ ਲਈ ਕੋਵਿਡ-19 ਤੋਂ ਬਚਾਅ ਦੇ ਲਈ ਅਸੀਂ ਇੱਕ ਸੈਨੀਟਾਈਜ਼ਰ ਹੱਟ ਤਿਆਰ ਕੀਤੀ ਹੈ। ਇਸ ਹੱਟ ਦੇ ਵਿੱਚ ਇੱਕ ਕੈਟੋਨਾਈਡਰ ਦਾ ਕੈਮੀਕਲ ਪਾਇਆ ਗਿਆ ਜਿਸ ਦੇ ਵਿੱਚ ਜਦੋਂ ਕੋਈ ਪਰਸਨ ਲੰਘੇਗਾ ਆਟੋਮੈਟਿਕ ਸਿਸਟਮ ਬਣਾਇਆ ਸਾਰਾ, ਆਟੋਮੈਟਿਕ ਇਹਨੇ ਔਨ ਹੋਣਾ, ਆਟੋਮੈਟਿਕ ਇਹਨੇ ਆਫ ਹੋ ਜਾਣਾ। ਇਸ ਸਿਸਟਮ ਦਾ ਮਤਲਬ ਇਹ ਹੈ ਕਿ ਜੇ ਕੋਈ ਪਬਲਿਕ, ਜੋ ਕੋਈ ਆਮ ਪਰਸਨ ਜਾਂ ਪ੍ਰਸ਼ਾਸਨ ਦਾ ਕੋਈ ਵਿਅਕਤੀ ਆਮ ਬਾਹਰ ਘੁੰਮ ਰਿਹਾ, ਜਿਸ ਤਰ੍ਹਾਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਾਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਜਾਂ ਕੱਪੜਿਆਂ 'ਤੇ ਬਾਡੀ 'ਤੇ ਜਰਮਸ ਲੱਗ ਰਹੇ ਨੇ, ਉਹਨਾਂ ਨੂੰ ਆਪਣੇ ਘਰ ਜਾਣ ਤੋਂ ਪਹਿਲਾਂ ਇੱਕ ਵਾਰੀ ਉਹ ਸਾਡੀ ਕੋਸ਼ਿਸ਼ ਹੈ ਉਹ ਸੈਨੇਟਾਈਜ਼ ਹੋ ਕੇ ਜਾਵੇ। ਕਿ ਜਿਸ ਤਰ੍ਹਾਂ ਪ੍ਰਸ਼ਾਸਨ ਦਿਨ ਰਾਤ ਕਰਕੇ ਆਮ ਪਬਲਿਕ ਦੀ ਸੇਵਾ ਕਰ ਰਿਹਾ, ਅਸੀਂ ਪ੍ਰਸ਼ਾਸਨ ਦੇ ਲਈ ਆਮ ਪਬਲਿਕ ਦੇ ਲਈ ਸਾਡਾ ਛੋਟਾ ਜਿਹਾ ਉਪਰਾਲਾ ਕਰਨ ਵਾਸਤੇ ਲੋਕਾਂ ਨੂੰ ਕੋਵਿਡ-19 ਦੇ ਚੱਲਦਿਆਂ ਇੱਕ ਉਪਰਾਲਾ ਕੀਤਾ ਗਿਆ। ਤੋ ਇਹ ਸਾਰੇ ਜਿਹੜੇ ਮੋਗਾ ਦੇ ਵਿੱਚ ਜਗਿੰਦਰ ਸਿੰਘ ਜਿਹੜਾ ਮੇਨ ਚੌਂਕ ਆ ਇੱਥੇ ਇੰਸਟਾਲ ਕੀਤਾ ਅਤੇ ਸਾਡੇ SPD ਸਾਹਿਬ, ਉਹਨਾਂ ਦੇ ਪ੍ਰਧਾਨ ਆਫਿਸ ਐਸੋਸੀਏਸ਼ਨ ਦੇ DSP ਪਰਮਜੀਤ ਸਿੱਧੀ, ਸੋ ਇਹਨਾਂ ਨੇ ਇੱਕ ਬੜੀ ਵਧੀਆ ਇਹਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇੱਕ ਚੰਗਾ ਉਪਰਾਲਾ ਕੀਤਾ ਜਿਹੜਾ ਕਿ ਸ਼ਲਾਘਾ ਹੀ। ਹੁਣ ਨੈਕਸਟ ਟਾਈਮ ਇਹ ਸੋਚ ਰਹੇ ਹਾਂ ਵੀ ਹੁਣ ਜਿਹੜਾ ਕਿ ਇਸਕੋ ਥੋੜ੍ਹਾ ਵੱਡਾ ਸੈਨੇਟਾਈਜ਼ਿੰਗ ਟਨਲ ਥੋੜ੍ਹੀ ਵੱਡੀ ਲਿਆਉਣ ਕੇ ਜਿਹਦੀ ਜਿਹੜੀ ਕਿ ਪੂਰੀ ਦੀ ਪੂਰੀ ਗੱਡੀ ਨੂੰ ਵੀ ਸੈਨੇਟਾਈਜ਼ ਕਰ ਦੂਗੀ। ਸੋ ਮੇਰੇ ਮੁਤਾਬਕ ਜੋ ਹੈ ਇਹ ਬਹੁਤ ਚੰਗਾ ਉਪਰਾਲਾ ਔਰ ਇਹ ਇਸਦੀ ਮਤਲਬ ਸ਼ਲਾਘਾ ਦੇ ਨਾਲ ਇੱਕ ਲਗਾਈ ਗਈ ਹੈ ਜੀ। ਦੂਸਰਾ ਜਿਹੜਾ ਹੈਗਾ ਹੁਣ ਇਹ ਜਿਹੜਾ ਗੱਡੀ ਵਾਸਤੇ ਇੱਕ ਟਨਲ ਜਿਹੜਾ ਹੈਗਾ ਸੈਨੇਟਾਈਜ਼ਿੰਗ ਟਨਲ ਉਹ ਬਣਾਉਣ ਜਾ ਰਹੇ ਹੈ ਔਰ ਹੋਪਫੁਲੀ ਇੱਕ ਦੋ ਦਿਨਾਂ ਵਿੱਚ ਉਹ ਵੀ ਇੰਸਟਾਲ ਹੋ। ਸਰ ਲਗਾਤਾਰ ਹੀ ਚੱਲਦਾ ਰਹੇਗਾ ਜੀ ਇੱਥੇ ਕੋਈ ਸਿਸਟਮ? ਇਹਨਾਂ ਨੇ ਵਿੱਚ ਸੈਂਸਰ ਲਗਾਏ ਆ ਜੀ, ਦਵਾਈ ਵਗੈਰਾ ਜੋ ਵੀ ਹੈਗੀ ਉਹ ਡਰਮਸ ਦੇ ਵਿੱਚ ਹੈ। ਜਦੋਂ ਕੋਈ ਬੰਦਾ ਆਉਂਦਾ, ਕੋਈ ਵਿਅਕਤੀ ਇਹਦੇ ਟਨਲ ਦੇ ਵਿੱਚ ਆਊਗਾ ਅਤੇ ਆਟੋ ਔਨ ਹੋ ਕੇ ਅਤੇ ਆਟੋ ਹੀ ਆਊਗਾ।